ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸਰੀ ਦੇ ਵਿੱਚ ਨਗਰ ਕੀਰਤਨ, ਮਹਾਨਗਰ ਕੀਰਤਨ ਸਿੱਖ ਕੌਮ ਦਾ ਸਭ ਤੋਂ ਵੱਧ ਇਕੱਠ ਜੇ ਕਿਤੇ ਹੁੰਦਾ ਸਰੀ ਦੇ ਇਸ ਨਗਰ ਕੀਰਤਨ ਦੇ ਵਿੱਚ ਹੁੰਦਾ। ਅਤੇ ਇਸ ਨਗਰ ਕੀਰਤਨ ਦੇ ਵਿੱਚ ਜਿਹੜੇ ਦੂਰ ਦੁਰਾਡੇ ਸੰਗਤਾਂ ਬੈਠੀਆਂ ਉਹਨਾਂ ਨੂੰ ਨਾਲ ਦੀ ਨਾਲ ਦਰਸ਼ਨ ਕਰਾਵਾਂਗੇ ਨਗਰ ਕੀਰਤਨ ਦੇ ਪ੍ਰਾਈਮ ਏਸ਼ੀਆ ਦੀ ਸਟੇਜ ਤੋਂ। ਜਿਵੇਂ ਕਿ ਅਸੀਂ ਦੇਖਦੇ ਹਾਂ ਖਾਣ ਪੀਣ ਦੀਆਂ ਹਜ਼ਾਰਾਂ ਦੀ ਗਿਣਤੀ ਸਟਾਲਾਂ ਲੱਗੀਆਂ ਨੇ ਪੂਰੇ ਰੂਟ ਦੌਰਾਨ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਸੰਗਤਾਂ ਦਾ ਹੜ੍ਹ ਇਹੋ ਜਿਹੀ, ਨਗਰ ਕੀਰਤਨ ਹਲੇ ਪਿੱਛੇ ਆ ਰਿਹਾ, ਪਰ ਅਸੀਂ ਦੇਖਦੇ ਹਾਂ ਕਿ ਖਾਲਸਾਈ ਦਸਤਾਰਾਂ ਸਜਾ ਕੇ ਜਾਂ ਵੀਰ ਕੁੜਤੇ ਚਾਦਰੇ ਪਾ ਕੇ ਨਗਰ ਕੀਰਤਨ ਦੀ ਸ਼ਾਨ ਵਧਾ ਰਹੇ ਨੇ ਜੀ। ਇਸ ਨਗਰ ਕੀਰਤਨ ਦੇ ਵਿੱਚ ਪਿਛਲੇ ਸਾਲ 4.5 ਲੱਖ ਤੋਂ 5 ਲੱਖ ਦਾ ਇਕੱਠ ਸੀ, ਸੋ ਇਸ ਵਾਰੀ 6 ਲੱਖ ਦੇ ਕਰੀਬ ਐਸਟੀਮੇਟ ਕੀਤਾ ਜਾ ਰਿਹਾ, ਕਿਉਂਕਿ ਦਿਨ ਬਹੁਤ ਵਧੀਆ ਲੱਗਿਆ ਹੋਇਆ। ਅਤੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਮੂਹਰੇ ਇੱਕ ਟਰੈਕਟਰ ਟਰਾਲੀ 4 ਟਰੈਕਟਰ ਮੂਹਰੇ ਆ ਰਿਹਾ ਜੀ, ਜਿਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਰੱਖੀ ਹੋਈ ਹੈ ਉਹਨਾਂ ਨੇ, ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰਦੇ ਨੇ। ਅਤੇ ਨਾਲ ਦੀ ਨਾਲ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਵੀ ਅੱਜ ਯਾਦ ਕੀਤਾ ਜਾਂਦਾ, ਅਤੇ ਸਾਰੀਆਂ ਸੰਗਤਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੀਆਂ ਨੇ। ਹੈਪੀ ਵਿਸਾਖੀ ਜੀ ਮੇਰੇ ਵੱਲੋਂ, ਸਾਡੇ ਪ੍ਰੀਮੀਅਰ ਜੌਨ ਹੋੜਗਨ ਅਤੇ ਸਾਰੀ BC ਸਰਕਾਰ ਵੱਲੋਂ। ਦੁਨੀਆਂ ਦੇ ਵਿੱਚ ਸਿੱਖ ਜਿੱਥੇ ਜਿੱਥੇ ਵੱਸਦੇ ਆ ਉਹਨਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ, ਖਾਲਸਾ ਦੇ ਸਿਰਜਣਾ ਦਿਵਸ ਦੇ ਉੱਤੇ ਲੱਖ ਲੱਖ ਵਧਾਈ ਹੋਵੇ। ਅੱਜ ਅਸੀਂ ਕੈਨੇਡਾ ਦੇ ਵਿੱਚ ਉਹ ਅਸੀਂ ਬਰਾਬਰਤਾ ਦੇ ਹੱਕ ਮਾਣ ਰਹੇ ਹਾਂ, ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਆਏ ਲੋਕ ਉਹਨਾਂ ਨੇ ਸ਼ਹੀਦੀਆਂ ਪਾ ਕੇ ਸਾਨੂੰ ਇੱਥੇ 'ਤੇ ਪਹੁੰਚਾਇਆ। ਅੱਜ ਇਹਨਾਂ ਕੁਰਸੀਆਂ 'ਤੇ ਬਹਿ ਕੇ ਕਾਨੂੰਨ ਬਣਾਏ ਜਾਂਦੇ ਸੀ ਕਿ ਇਹ ਲੋਕ ਇੱਥੇ ਆ ਨਹੀਂ ਸਕਦੇ, ਜਾਂ ਜਿਹੜੇ ਆ ਗਏ ਉਹਨਾਂ ਨੂੰ ਹੱਕ ਨਹੀਂ ਚਾਹੀਦਾ। ਅੱਜ ਉਹਨਾਂ ਕੁਰਸੀਆਂ 'ਤੇ ਬੈਠ ਕੇ ਉਹਨਾਂ ਸ਼ਹੀਦਾਂ ਦੀ ਬਦੌਲਤ, ਬਾਕੀ ਜਿਹੜੇ ਪ੍ਰੋਗਰੈਸਿਵ ਲੋਕ ਆ BC ਦੇ ਉਹਨਾਂ ਦੀ ਬਦੌਲਤ, ਉਹਨਾਂ ਕੁਰਸੀਆਂ 'ਤੇ ਬਹਿ ਕੇ ਅੱਜ ਅਸੀਂ ਬਾਕੀਆਂ ਵਾਸਤੇ ਕਾਨੂੰਨ ਬਣਾ ਰਹੇ ਹਾਂ। ਪਰ ਨਾਲ ਦੀ ਨਾਲ ਵਿਸਾਖੀ ਵੇਲੇ ਸਾਡਾ ਇੱਕ ਫਰਜ਼ ਬਣਦਾ, ਜਿਹੜੀ ਗੁਰੂ ਸਾਹਿਬ ਦੀ ਸਾਨੂੰ ਸਾਧਨਾ ਦੇ ਗਏ ਆ, ਜਿਹੜੇ ਅਸੂਲ ਦੇ ਕੇ ਵੰਡ ਕੇ ਛਕਣਾ, ਸਖਤ ਮਿਹਨਤ ਕਰਨੀ ਆ ਅਤੇ ਜ਼ੁਲਮ ਨਾ ਸਹਿਣਾ, ਨਾ ਸਹਿਣ ਦੇਣਾ, ਉਹ ਜਿਹੜੇ ਆ ਸਿਧਾਂਤਾਂ ਨਾਲ ਚੱਲ ਕੇ ਅਸੀਂ ਆਉਣ ਵਾਲਾ ਜਿਹੜਾ ਸਾਡਾ ਕੈਨੇਡਾ ਇੱਦਾਂ ਵੀ ਵਧੀਆ ਬਣਾਈਏ। ਆਓ ਇਹ ਅੱਜ ਪਲਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਸਰੀ ਦੇ ਵਿੱਚ ਵਿਸਾਖੀ ਦਾ ਇੱਕ ਬਹੁਤ ਵੱਡਾ ਨਗਰ ਕੀਰਤਨ ਹੈ ਉਸ ਨੂੰ ਮਨਾ ਰਹੇ ਹਾਂ, ਔਰ ਸਰੀ ਜਿਹੜਾ ਹੈਗਾ ਇੱਥੇ ਦੁਨੀਆ ਦੇ ਵਿੱਚ ਪੰਜਾਬ ਤੋਂ ਬਾਹਰ ਸਭ ਤੋਂ ਵੱਡੀ ਵਿਸਾਖੀ ਮਨਾਈ ਜਾਂਦੀ, ਜਿੱਥੇ BC ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ, ਬਲਕਿ ਅਮੈਰੀਕਾ ਦੇ ਵਿੱਚੋਂ ਬਹੁਤ ਸਾਰੇ ਲੋਕ ਪਹੁੰਚਦੇ ਆ। ਮੈਂ ਅੱਜ ਜਿਹੜਾ ਆਪਣੇ ਵੱਲੋਂ ਅਤੇ ਆਪਣੀ NDP ਦੀ ਕੌਕਸ ਵੱਲੋਂ ਸਾਰੇ ਲੋਕਾਂ ਨੂੰ ਜਿਹੜਾ ਵਿਸਾਖੀ ਦੀਆਂ ਬੇਅੰਤ ਵਧਾਈਆਂ ਪੇਸ਼ ਕਰਦਾ। Well, it's a wonderful demonstration again of the strength and vibrancy of the Indo-Canadian community here in Surrey. I mentioned earlier that I've been part of this event, I think now for 11 years, and every year it's gotten bigger. Last year, 500,000 people. Yes. This year, I'm sure there will be many more than that. So to me, it is, I know to the community, it's a celebration of the harvest, but to me, it's just a wonderful celebration of the culture, and I'm always pleased to take part in it. So, sab to pehla assi dekhya si ke Sikh Motorcycle Club ਨਾਲ ਨਾਲ ਪੁਲਿਸ ਅਤੇ ਸਿਕਿਉਰਿਟੀ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਜੀ ਇਸ ਸਾਲ, ਤਾਂ ਕਿ ਕਿਸੇ ਅਣਸਖਾਮੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਵੱਲੋਂ, ਸਾਡੇ ਪ੍ਰੀਮੀਅਰ ਵੱਲੋਂ, ਸਾਰੀ ਸਰਕਾਰ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਵੀ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਅਸੀਂ ਬਹੁਤ ਕਿਸਮਤ ਵਾਲੇ ਹਾਂ, ਸਾਨੂੰ ਕੈਨੇਡਾ ਵਿੱਚ ਆ ਮੌਕਾ ਮਿਲਿਆ ਆ। ਅਸੀਂ ਵਿਸਾਖੀ ਐਸੇ ਮਨਾ ਰਹੇ ਜਿੱਦਾਂ ਪੰਜਾਬ ਹੀ ਹੁੰਦਾ ਆ। ਅੱਜ ਮੌਸਮ ਵੀ ਐਨ ਪੰਜਾਬ ਵਰਗਾ ਹੀ ਆ। ਆਓ ਅੱਜ ਆਪਾਂ ਰਲ ਮਿਲ ਕੇ ਸਾਰੇ ਇੱਕ ਵਾਅਦਾ ਕਰੀਏ ਵੀ ਅਸੀਂ ਵੀ ਕੈਨੇਡਾ ਨੂੰ ਸੁਧਾਰ ਕੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇੰਨੀ ਵਧੀਆ ਜਗ੍ਹਾ ਬਣਾਈਏ, ਉਹ ਵੀ ਜਿੱਦਾਂ ਸਾਡੇ ਬਾਗ ਵਿੱਚ ਫੁੱਲ ਖਿਲਦੇ ਆ, ਇਸ ਦੇਸ਼ ਵਿੱਚ ਰਹਿ ਕੇ ਆਪਣੇ ਸੁਪਨੇ ਪੂਰੇ ਕਰਨ ਅਤੇ ਫੁੱਲਾਂ ਵਾਂਗੂ ਖਿਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰਿਆਂ ਨੂੰ ਹੈਪੀ ਵਿਸਾਖੀ, ਬਹੁਤ ਖੁਸ਼ੀ ਹੋਏਗੀ। ਸਰੀ ਨਗਰ ਕੀਰਤਨ ਦੇ ਕਰਕੇ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ। ਅਸੀਂ ਐਬਸਪੋਰਟ ਤੋਂ ਆਏ ਹਾਂ, ਬਟ ਸਾਨੂੰ ਇਸ ਨਗਰ ਕੀਰਤਨ ਕਰਕੇ ਇਹ ਮੌਕਾ ਮਿਲਿਆ ਕਿ ਸਾਰਿਆਂ ਨੂੰ ਮਿਲ ਸਕੇ। ਬੜੀ ਖੁਸ਼ੀ ਹੋਈ, ਸਾਰਿਆਂ ਨੂੰ ਹੈਪੀ ਵਿਸਾਖੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਪਹਿਲਾਂ ਦਾ ਪ੍ਰਾਈਮ ਏਸ਼ੀਆ ਨੂੰ, ਬਹੁਤ ਬਹੁਤ ਧੰਨਵਾਦ ਸੰਗਤ ਨਾਲ ਰੂਬਰੂ ਹੋਣ ਦਾ ਮੌਕਾ ਦੇਣ ਲਈ। ਆਓ ਆਓ ਇੱਕ ਵਾਰੀ ਫਤਿਹ ਜ਼ਰੂਰ ਸਾਂਝੀ ਕਰੋ ਉੱਚੀ ਉੱਚੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਜਵਾਬ ਥੋੜ੍ਹੀ ਕਮੀ, ਉਹਦੇ 'ਚ ਕਮੀ ਰਹੀ ਹੈ, ਥੋੜ੍ਹੀ ਹੋਰ ਤਾਕਤ ਨਾਲ ਨੀਅਰ ਸਟਰੋਂਗ ਫਤਿਹ ਰੈਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਾਣ ਹੈ, ਮੈਂ ਫਤਿਹ ਤੋਂ ਹੀ ਗੱਲ ਸ਼ੁਰੂ ਕਰਦਾ।
ਅੱਜ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ, ਵਿਸਾਖੀ ਮਨਾ ਰਹੇ ਹਾਂ ਆਪਾਂ ਇਕੱਠੇ, ਅਤੇ ਫਤਿਹ ਦੇ ਵਿੱਚ ਪੂਰੀ ਖਾਲਸਾ ਦਾ ਜਿਹੜਾ ਮਕਸਦ ਉਹਦੇ 'ਚ ਆ ਜਾਂਦਾ। ਆਪਾਂ ਜਦੋਂ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ, ਕਹਿਣ ਦਾ ਭਾਵ ਇਹ ਆ ਕਿ ਖਾਲਸਾ ਜੋ ਆਜ਼ਾਦ ਇਨਸਾਨ ਹੈ ਉਹ ਵਾਹਿਗੁਰੂ ਦਾ ਹਿੱਸਾ ਆ, ਜਿੱਦਾਂ ਆਪਾਂ ਸਾਰੇ ਇੱਕ ਹਾਂ, ਏਕਤਾ ਯੂਨਿਟੀ। ਦੂਜੀ ਗੱਲ ਹੈ ਕਿ ਪਰ ਆਪਣੀ ਜਿਹੜੀ ਜਿੱਤ ਹੈ ਉਹ ਸਾਂਝੀ ਹੈ, ਇੱਕ ਬੰਦੇ ਦੀ ਜਿੱਤ ਕਦੀ ਨਹੀਂ ਹੁੰਦੀ, ਸਾਂਝੀ ਜਿੱਤ ਹੈ। ਵਾਹਿਗੁਰੂ ਜੀ ਕੀ ਫਤਿਹ, ਫਤਿਹ ਆਪਣੀ ਸਾਂਝੀ ਜਿੱਤ ਹੁੰਦੀ ਹੈ। ਸੋ ਖਾਲਸਾ ਦਾ ਜਿਹੜਾ ਮਕਸਦ ਹੈ ਕਿ ਆਪਾਂ ਸਰਬੱਤ ਦਾ ਭਲਾ ਬਾਰੇ ਕੰਮ ਕਰੀਏ। ਦੂਰੋਂ ਦੂਰੋਂ ਜਦੋਂ ਖਾਲਸਾ ਦਿਸਦਾ ਸੀ, ਪਤਾ ਹੁੰਦਾ ਸੀਗਾ ਕਿ ਜੇ ਤੁਸੀਂ ਔਖੇ ਸਮੇਂ 'ਚ ਹੈਗੇ ਆ, ਜੇ ਤੁਹਾਨੂੰ ਮਦਦ ਦੀ ਲੋੜ ਹੈ, ਤੁਸੀਂ ਖਾਲਸੇ ਕੋਲ ਜਾ ਕੇ ਮਦਦ ਲੈ ਸਕਦੇ ਹੋ, ਕਿਉਂਕਿ ਖਾਲਸਾ ਆ ਜੋ ਅਮੀਰੀ ਗਰੀਬੀ ਨੂੰ ਖਤਮ ਕਰਨਾ ਚਾਹੁੰਦਾ, ਜਾਤ ਪਾਤ ਨੂੰ ਖਤਮ ਕਰਨਾ ਚਾਹੁੰਦਾ। ਜਿੱਥੇ ਵੀ ਬੇਇਨਸਾਫੀ ਹੋਵੇ ਉੱਥੇ ਖਾਲਸਾ ਤਕੜਾ ਹੁੰਦਾ, ਆਵਾਜ਼ ਬੁਲੰਦ ਕਰਦਾ। ਇਹ ਜ਼ਰੂਰੀ ਗੱਲ ਹੈ ਕਿ ਵਨ ਵੀ ਸੈਲੀਬ੍ਰੇਟ ਖਾਲਸਾ ਸਾਜਨਾ ਦਿਵਸ, ਵੀ ਰਿਮੈਂਬਰ ਦ ਵਿਜ਼ਨ ਐਂਡ ਦ ਗੋਲ ਆਫ ਖਾਲਸਾ ਇਜ਼ ਟੂ ਟੈਕਲ ਇਨਇਕੁਆਲਿਟੀ, ਟੂ ਫਾਈਟ ਇਨਜਸਟਿਸ, ਟੂ ਬਿਲਡ ਅ ਵਰਲਡ ਵੇਅਰ ਨੋ ਵਨ ਇਜ਼ ਲੈਫਟ ਬਿਹਾਈਂਡ। ਦੈਟਸ ਵਾਟ ਵੀ ਆਰ ਸੈਲੀਬ੍ਰੇਟਿੰਗ ਟੁਡੇ। ਸੋ ਆਈ ਐਮ ਆਨਰਡ ਟੂ ਬੀ ਹੇਅਰ, ਥੈਂਕਸ ਫੋਰ ਗਿਵਿੰਗ ਮੀ ਦਿਸ ਦ ਟਾਈਮ ਟੂ ਸ਼ੇਅਰ ਸਮ ਵਰਡਸ ਵਿਦ ਯੂ। ਇੱਕ ਵਾਰੀ ਫਿਰ ਸਾਰੇ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਹਿਯੋਗ ਨਾਲ ਇੱਥੋਂ ਤੱਕ ਪਹੁੰਚੇ ਨੇ। ਪਿਛਲੇ ਦਿਨ ਬਰਨਵੀ ਤੋਂ ਤੁਸੀਂ ਇੱਕ ਵਾਰੀ ਫਿਰ ਜਿੱਤ ਬਖਸ਼ੀ ਹੈ, ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਲਈ ਇੱਕ ਹੰਬੜਾ ਹੋਰ ਵਾਰਿਓ, ਤਾਂ ਕਿ ਦਸਤਾਰਾਂ ਇਹ ਦਮਾਲੇ ਪਾਰਲੀਮੈਂਟ ਤੱਕ ਜਾਣ, ਅਤੇ ਸਾਡੀ ਆਵਾਜ਼ ਦੁਨੀਆ ਦੇ ਬਹੁਤ ਹਿੱਸਿਆਂ ਦੇ ਵਿੱਚ, ਉਹ ਪ੍ਰਚਾਰ ਜਿਹੜਾ ਜਗਮੀਤ ਸਿੰਘ ਕਰ ਸਕਦੇ ਆ ਆਪਣੀ ਦਿੱਖ ਨਾਲ, ਅਸੀਂ ਸੈਂਕੜੇ ਪ੍ਰਚਾਰਕ ਹਾਇਰ ਕਰਕੇ ਵੀ ਉਹ ਪ੍ਰਚਾਰ ਨਹੀਂ ਕਰ ਸਕਦੇ। ਸਲਿਊਟ ਹੈ ਇਹਨਾਂ ਨੂੰ, ਇਹਨਾਂ ਨੇ ਆਪਣੇ ਕੰਮ ਕਾਰ ਛੱਡ ਕੇ ਕੌਮ ਦੀ ਵਾਗਡੋਰ ਸੰਭਾਲੀ, ਅਤੇ ਅਸੀਂ ਪ੍ਰਾਈਮ ਮਿਨਿਸਟਰ ਟੀਵੀ ਤੋਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਜਗਮੀਤ ਸਿੰਘ ਨੂੰ ਇੱਕ ਵਾਰੀ ਫਿਰ ਤਰੱਕੀਆਂ ਬਖਸ਼ਣ, ਤਾਂ ਕਿ ਸਿੱਖ ਕੌਮ ਦਾ ਨਾਮ ਉੱਚਾ ਹੋ ਸਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਇਸ ਵੇਲੇ ਗੁਰੂ ਮਹਾਰਾਜ ਜੀ ਦਾ ਸਵਾਰਾ ਬਿਲਕੁਲ ਸਾਡੀ ਸਟੇਜ ਦੇ ਸਾਹਮਣੇ ਹੈ ਜੀ, ਜਿਹਨੂੰ ਪੰਜ ਸਿੰਘ ਸਾਹਿਬਾਨ, ਪੰਜ ਨਿਸ਼ਾਨਚੀ ਸਿੰਘ ਅਗਵਾਈ ਕਰ ਰਹੇ ਨੇ ਇਸ ਮਹਾਨਗਰ ਕੀਰਤਨ ਦੀ। ਸੰਗਤਾਂ ਦਾ ਇਕੱਠ ਠਾਠਾ ਮਾਰਦਾ ਤੁਸੀਂ ਦੇਖ ਰਹੇ ਹੋ, ਹਰ ਪਾਸੇ ਕੇਸਰੀ ਦਸਤਾਰਾਂ ਅਤੇ ਕੇਸਰੀ ਚੁੰਨੀਆਂ ਦਾ ਹੜ ਆਇਆ ਹੋਇਆ। ਪ੍ਰਾਈਮ ਏਸ਼ੀਆ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਖਾਲਸਾ ਜੀ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗਰੀਬ ਲੋਕਾਂ ਨੂੰ, ਜਿਨ੍ਹਾਂ ਨੇ ਸਰਦਾਰੀ ਦਾ ਕਦੇ ਮੂੰਹ ਨਹੀਂ ਸੀ ਦੇਖਿਆ, ਸਾਨੂੰ ਸਰਦਾਰ ਬਣਾਇਆ। ਅੱਜ ਕੈਨੇਡਾ ਦੀ ਧਰਤੀ ਦੇ ਇਸ ਮਹਾਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਖਾਲਸੇ ਦੀ ਮਹਿਮਾ। ਪ੍ਰਾਈਮ ਏਸ਼ੀਆ ਟੀਵੀ 'ਤੇ ਨਾਲ ਦੇ ਨਾਲ ਸਾਡੇ ਦਲਜੀਤ ਦੋਸਾਂਝ ਜੀ ਦਾ ਸ਼ੋਅ ਹੋ ਰਿਹਾ 29 ਜੂਨ ਨੂੰ PNA ਕੋਲਸੀਅਮ ਦੇ ਵਿੱਚ, ਉਹਦੇ ਲਈ ਵੀ ਡਰਾਪ ਆਏ ਜਾ ਰਹੇ ਨੇ ਮੀਟ ਐਂਡ ਗ੍ਰੀਟ ਦੇ। ਅਤੇ ਪ੍ਰਾਈਮ ਏਸ਼ੀਆ ਟੀਵੀ 'ਤੇ $2000 ਦਾ ਇਨਾਮ ਜਿੱਤਣ ਲਈ ਤੁਸੀਂ ਸਾਡੀ ਐਪ ਡਾਊਨਲੋਡ ਕਰੋ, ਅਤੇ ਨਾਲ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਜਿੱਤ ਸਕਦੇ ਹੋ $2000 ਦਾ ਇਨਾਮ। ਸੋ ਗੁਰੂ ਮਹਾਰਾਜ ਦੇ ਫਲੋਟ ਦੇ ਪਿੱਛੇ ਸੰਗਤਾਂ ਬਹੁਤ ਹੀ ਸ਼ਰਧਾ, ਪਿਆਰ, ਨਿਮਰਤਾ ਅਤੇ ਗੁਰੂ ਦਾ ਜਸ ਗਾਉਂਦੀਆਂ ਹੋਈਆਂ ਜਾ ਰਹੀਆਂ ਜੀ, ਜੋ ਕਿ ਸਾਡੀ ਸਿੱਖ ਕੌਮ ਦਾ ਇੱਕ ਪ੍ਰਤੀਕ ਹੈ ਕਿ ਅਸੀਂ ਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਕਿਵੇਂ ਵਿਚਰਦੇ ਹਾਂ। ਅਸੀਂ ਪ੍ਰਾਈਮ ਮਿਨਿਸਟਰ ਦੀ ਇਸ ਸਟੇਜ ਤੋਂ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿੱਥੇ ਸਾਡੀ ਸਾਰੀ ਟੀਮ ਪਿਛਲੇ ਕਈ ਦਿਨਾਂ ਤੋਂ ਇਸ ਸੰਬੰਧ ਦੇ ਵਿੱਚ ਭੱਜ ਨੱਠ ਕਰ ਰਹੀ ਸੀ। ਅੱਜ ਉਹ ਦਿਨ ਆ ਗਿਆ ਜਦੋਂ ਤੁਸੀਂ ਦੇਖਦੇ ਹੋ ਕਿ ਹਰ ਪਾਸੇ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਦਾ ਹੜ ਆਇਆ ਹੋਇਆ, ਸਰੀ ਅਨੰਦਪੁਰ ਸਾਹਿਬ ਬਣ ਗਈ ਹੈ, ਅਤੇ ਨਾਲ ਦੀ ਨਾਲ ਇੰਨੀ ਸ਼ਰਧਾ ਪਿਆਰ ਨਾਲ ਇੱਕ ਦੂਜੇ ਦਾ ਧਿਆਨ ਰੱਖ ਕੇ ਲੋਕ ਕਿਸ ਤਰ੍ਹਾਂ ਇੰਨੀ ਭੀੜ ਦੇ ਵਿੱਚ ਵੀ ਇੱਕ ਦੂਜੇ ਨਾਲ ਕੋਆਪਰੇਟ ਕਰ ਰਹੇ ਨੇ। ਅਸੀਂ ਵੇਖ ਰਹੇ ਹਾਂ ਕਿ ਸਾਡੇ ਇੱਕ ਕੀਰਤਨੀ ਜੱਥਾ ਹਰ ਸਾਲ ਇਸੇ ਤਰ੍ਹਾਂ ਇੱਕ ਛੋਟੇ ਫਲੋਟ ਦੇ ਉੱਪਰ, ਮਹਾਰਾਜ ਦੇ ਫਲੋਟ ਤੋਂ ਬਾਅਦ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੁੰਦੇ ਆ।
ਪਾਸੇ ਜਿਵੇਂ ਕਿ ਅਸੀਂ ਦੇਖਦੇ ਹਾਂ ਜੀ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਗਣਵਾਣੀ ਗਾਵੋ ਪਾਈਏ ਸਫਲ ਸਦਾ ਸੁਖਦਾਈ। ਸੋ ਸਾਡੇ ਵੀਰ ਨਿਸ਼ਕਾਮ ਕੀਰਤਨੀ ਜਥਾ ਇਸ ਵੇਲੇ ਗੁਰੂ ਮਹਾਰਾਜ ਦਾ ਜਾਸ ਗੁਰਬਾਣੀ ਗਾ ਰਹੇ ਨੇ। ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਹਰ ਸਾਲ ਇਹ ਫਲੋਟ ਤਿਆਰ ਕਰਦੇ ਨੇ ਅਤੇ ਪੂਰੇ ਰੂਟ ਦੇ ਉੱਪਰ ਕੀਰਤਨ ਦੀਆਂ ਧੁਨਾਂ ਗੁਰਬਾਣੀ ਜਾਸ ਸੰਗਤਾਂ ਨੂੰ ਸਰਵਣ ਕਰਾਉਂਦੇ ਨੇ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਵੀ ਨਾਲ ਦੀ ਨਾਲ ਪ੍ਰਾਇਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਇੱਕ ਅਲੌਕਿਕ ਨਜ਼ਾਰਾ ਜੋ ਦ੍ਰਿਸ਼ ਬਣਿਆ ਹੋਇਆ ਹੈ ਸੇਮ ਠੀਕ ਆਨੰਦਪੁਰ ਸਾਹਿਬ ਸਰੀ 'ਚ ਮਹਿਸੂਸ ਹੋ ਰਿਹਾ। ਬਿਲਕੁਲ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਜੀ ਵਿਨੀਪੈਗ ਤੋਂ ਆਏ ਹਾਂ ਜੀ। ਬਹੁਤ ਵੇਖੋ ਜੀ ਕਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਵੀ ਬਾਈ ਜੀ ਵਿਨੀਪੈਗ ਤੋਂ ਵਿਸਾਖੀ ਕਰਕੇ ਸਰੀ ਆਏ ਨੇ ਜੀ। ਹਾਂਜੀ, ਵਿਸਾਖੀ ਦੀਆਂ ਅਲੱਗ ਅਲੱਗ ਵਧਾਈਆਂ ਜੀ ਤੁਹਾਨੂੰ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਮਹਾਰਾਜ। ਅੱਛਾ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਅਸੀਂ ਸਰੀ। ਸਰੀ ਦੇ ਜੀ, ਹਰ ਸਾਲ ਆਉਂਦੇ ਹੋ? ਹਾਂਜੀ, ਹਰ ਸਾਲ ਆਉਂਦੇ ਹੋ ਜੀ? ਹਰ ਸਾਲ ਆਈਦਾ ਜੀ, ਹਰ ਸਾਲ। ਠੀਕ ਹੈ ਜੀ, ਪ੍ਰਾਈਮ ਏਸ਼ੀਆ ਅਤੇ ਸਮੁੱਚੀ ਸਾਧ ਸੰਗਤ ਵੱਲੋਂ ਬਹੁਤ ਬਹੁਤ ਵਧਾਈਆਂ। ਤੁਹਾਡਾ ਚੈਨਲ ਹਮੇਸ਼ਾ ਦੇਖੀਦਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਪੂਰੀ ਦੁਨੀਆ ਦੇ ਦਰਸ਼ਨ ਕਰਾ ਰਹੇ ਹੋ। ਮਿਹਰਬਾਨੀ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ ਜੀ। We enjoy this culture sharing and we learn a lot about Hindu and Sikh. Okay, so do you know about anything about Sikhism? I know that 2% of the population is Sikh, right? Oh yeah. And this is the most important celebration event in Hindu religion, right? Main Vaheguru ji da khalsa, Vaheguru ji fateh, happy mubarakah sab nu. Mainu bahut khushi hoyi hai ki je jazba dekh ke aur bada man khush hoya hai. Prime Asia wale is program nu badi changi tarah pesh kar rahe ne aur Prime Asia de news badhiya te saaf sutriyan news dinda hai, ਸੱਚੀਆਂ ਨਿਊਜ਼ ਦਿੰਦਾ ਹੈ। ਇਸ ਵਾਸਤੇ ਪ੍ਰਾਈਮ ਏਸ਼ੀਆ ਨੂੰ ਜ਼ਰੂਰ ਤੁਸੀਂ ਦੇਖੋ ਔਰ ਆਨੰਦ ਮਾਨੋ ਵਿਸਾਖੀ ਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹਾਂਜੀ ਵੀਰ ਜੀ, ਹੈਪੀ ਵਿਸਾਖੀ ਜੀ। ਹਾਂਜੀ, ਤੁਹਾਨੂੰ ਵੀ ਬਹੁਤ ਬਹੁਤ ਜੀ ਹੈਪੀ ਵਿਸਾਖੀ ਜੀ। ਸਰੀ ਰਹਿਣ ਵਾਲੇ ਹੋ? ਹਾਂਜੀ ਹਾਂਜੀ, ਸਰੀ ਰਹਿਣ ਵਾਲੇ ਹਾਂ ਜੀ। ਅੱਛਾ ਜੀ, ਹਰ ਸਾਲ ਆਉਂਦੇ ਹੋ ਜਾਂ? ਹਾਂਜੀ, ਹਰ ਸਾਲ ਆਈਦਾ ਜੀ, ਬਹੁਤ ਵਧੀਆ ਜੀ। ਠੀਕ ਹੈ ਜੀ, ਹੈਪੀ ਵਿਸਾਖੀ ਵੀਰੇ। ਹਾਂਜੀ, ਵਿਸਾਖੀ ਦੀਆਂ ਵਧਾਈਆਂ ਜੀ ਸਾਰੀ ਸਾਧ ਸੰਗਤ ਨੂੰ ਜੀ, ਅਤੇ ਮੇਰਾ ਪਹਿਲੀ ਵਾਰ ਨਗਰ ਕੀਰਤਨ ਹੈ, ਬਹੁਤ ਵਧੀਆ ਮੈਨੂੰ ਲੱਗ ਰਿਹਾ ਇੱਥੇ, ਅਤੇ ਬਹੁਤ ਉਤਸ਼ਾਹ ਨਾਲ ਸੰਗਤਾਂ ਮਨਾ ਰਹੀਆਂ ਨੇ। ਹਾਂਜੀ ਪ੍ਰਧਾਨ ਜੀ, ਵਧਾਈਆਂ ਜੀ ਵਿਸਾਖੀ ਦੀਆਂ ਬਹੁਤ ਬਹੁਤ। ਪਹਿਲਾਂ ਤਾਂ ਆਪ ਜੀ ਨੂੰ ਅਤੇ ਆਪ ਜੀ ਦੇ ਸਮੂਹ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ। ਮਹਾਰਾਜ ਇੱਦਾਂ ਹੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਅਤੇ ਬੁਲੰਦੀਆਂ ਦੇਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੰਸਾਰ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਸੱਚੇ ਪਾਤਸ਼ਾਹ ਸਾਰਿਆਂ ਨੂੰ ਸਿੱਖੀ ਗੁਰਸਿੱਖੀ ਜੀਵਨ ਬਖਸ਼ੇ, ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਜੋ ਆ ਲੰਗਰ ਚੱਲ ਰਿਹਾ, ਇਹ ਗੁਰੂ ਨਾਨਕ ਸਾਹਿਬ ਦੀ ਪ੍ਰਥਾ ਨੂੰ ਅਸੀਂ ਫੋਲੋ ਕਰਦੇ ਹਾਂ ਅਤੇ ਉਹਦਾ ਹੀ ਲੰਗਰ ਵਾ, ਉਹਦੀ ਮਾਇਆ ਆ ਅਤੇ ਉਹਦਾ ਹੀ ਸਾਰਾ ਕੁਛ ਹੈਗਾ ਆ। ਅਸੀਂ ਸੇਵਾਦਾਰ ਹਾਂ। ਗੁਰੂ ਸਾਹਿਬ ਨੇ ਕਿਹਾ, ਦੱਦਾ ਦਾਤਾ ਇੱਕ ਹੈ ਦੱਦਾ ਦੇਵਣ ਹਾਰ, ਦਿੰਦਿਆਂ ਤੋਟ ਨਾ ਆਵੇ ਭਰੇ ਰਹਿਣ ਭੰਡਾਰ, ਸਤੀ ਵਰਤਾਵੇ ਸੰਤੋਖੀ ਖਾਵੇ ਕਲਾ, ਵਾਹਿਗੁਰੂ ਜੀ ਕੀ ਵਰਤੇ ਦਾਣਾ ਪਾਣੀ ਗੁਰੂ ਦਾ ਟਹਿਲ ਸੇਵਾ ਸੇਵਕਾਂ ਦੀ ਆ। ਅਸੀਂ ਜਿੰਨੇ ਵੀ ਇੱਥੇ ਸੇਵਾਦਾਰ ਸੇਵਾ ਕਰਦੇ ਹਾਂ, ਇਹ ਸਾਡਾ ਸਾਰਾ ਪਰਿਵਾਰ ਆਪਣਾ ਆ, ਕੋਈ ਭਾਣਜੇ ਭਤੀਜੇ, ਬਾਕੀ ਹੋਰ ਵੀ ਜਿੰਨੇ ਵੀ ਹੈਗੇ ਯਾਰ ਦੋਸਤ ਜਾਂ ਕੋਈ ਵੀ ਆ, ਬਹੁਤ ਲੋਕ ਇਸ ਲੰਗਰ ਦੇ ਵਿੱਚ ਆਪਣਾ ਤੇਲ ਫਲ ਪਾਉਂਦੇ ਆ। ਕੋਈ ਮਾਇਆ ਜਿੰਨੀ ਵੀ ਕਿਸੇ ਦੇ ਸਰਦੀ ਆ, ਸਾਰਿਆਂ ਦਾ ਇਹ ਲੰਗਰ ਹੈਗਾ ਆ ਅਤੇ ਪਰਮਾਤਮਾ ਉਹਦੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਇਹ ਦਿਨ ਸਦਾ ਹੀ ਆਉਣ ਅਤੇ ਸਦਾ ਹੀ ਇਸ ਤਰ੍ਹਾਂ ਮਨਾਉਂਦੇ ਰਹੀਏ, ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਪ੍ਰਸ਼ਨ ਸੀ, ਅੱਜ ਸਵੇਰੇ ਕਿੰਨੇ ਵਜੇ ਸ਼ੁਰੂ ਕੀਤਾ ਲੰਗਰ? ਅਸੀਂ ਜਿਵੇਂ 7 ਵਜੇ ਇੱਥੇ ਆ ਗਏ ਸੀਗੇ ਅਤੇ ਅਸੀਂ ਅਬਾਊਟ 10-11 ਵਜੇ ਸਟਾਰਟ ਕਰ ਦਿੱਤਾ ਸੀਗਾ ਅਤੇ ਜਲੇਬੀਆਂ ਦਾ ਲੰਗਰ ਵਾ ਅਤੇ ਟਿੱਕੀਆਂ ਦਾ ਆ। ਅੱਛਾ, ਅਤੇ ਬਾਕੀ ਤੁਸੀਂ ਦੇਖ ਸਕਦੇ ਹਾਂ ਜਿੱਥੇ ਬੀਬੀਆਂ ਸਾਡੀਆਂ ਟਿੱਕੀਆਂ ਤਲਦੀਆਂ ਆ, ਉੱਥੇ ਇਸ ਵੇਲੇ ਟੈਂਪਰੇਚਰ ਇੰਨਾ ਆ ਵੀ ਤੁਸੀਂ ਖੜ੍ਹ ਨਹੀਂ ਸਕਦੇ, ਅਤੇ ਖੜ੍ਹ ਕੇ ਦੇਖ ਲਿਓ ਅਤੇ ਉਹਨਾਂ ਦੀ ਜ਼ਰੂਰ ਪਿਕਚਰ ਬਣਾਇਓ। ਅਤੇ ਸਭ ਤੋਂ ਵੱਡਾ ਯੋਗਦਾਨ ਬੀਬੀਆਂ ਦਾ ਹੀ ਆ। ਹਾਂ, ਅਤੇ ਇਹਨਾਂ ਦੇ ਆਸਰੇ ਅਸੀਂ ਤੁਰੇ ਆਉਂਦੇ ਹਾਂ, ਇਹ 3-4 ਦਿਨ ਤੋਂ ਇਹਨੂੰ ਇਹਦੇ ਦੁਆਲੇ ਲੱਗੀਆਂ ਹੈਗੀਆਂ ਤਿਆਰ ਕਰਨ ਲਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਵਿਸਾਖੀ ਜੀ ਹੈਪੀ ਵਿਸਾਖੀ ਜੀ ਹਾਂਜੀ ਕੀ ਨਾਮ ਆਪਣਾ ਮਾਲਕ ਸਿੰਘ ਅੱਛਾ ਜੀ ਹਾਂ ਸਰੀ ਦੇ ਰਹਿਣ ਵਾਲੇ ਹੋ ਹਾਂਜੀ ਸਰੀ ਦੇ ਰਹਿਣ ਵਾਲੇ ਜੀ ਪਹਿਲੀ ਵਾਰ ਆਇਆ ਜੀ ਇੱਥੇ ਅੱਛਾ ਪਹਿਲੀ ਵਾਰ ਆਏ ਹੋ ਹਾਂਜੀ ਹਾਂਜੀ ਕਦੋਂ ਆਏ ਇੰਡੀਆ ਤੋਂ ਇੰਡੀਆ ਤੋਂ ਮੈਂ ਅਗਸਤ 'ਚ ਆਇਆ ਸੀ ਅਗਸਤ 'ਚ ਇੰਡੀਆ ਤੋਂ ਆਇਆ ਫਿਰ ਪਹਿਲੀ ਵਿਸਾਖੀ ਹੈ ਅਤੇ ਕਿਵੇਂ ਲੱਗੀ ਵਿਸਾਖੀ ਬਹੁਤ ਵਧੀਆ ਜੀ ਸੋਚਿਆ ਸੀ ਵੀ ਇੰਨੇ ਪੰਜਾਬੀ ਇਕੱਠੇ ਹੋਣਗੇ ਨਹੀਂ ਸੋਚਦੇ ਸੁਣਦੇ ਹੁੰਦੇ ਸੀਗੇ ਬਹੁਤ ਪੰਜਾਬੀ ਆ ਇੱਥੇ ਸੋ ਅੱਜ ਵੇਖਿਆ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਹੁਣ ਹਾਂਜੀ ਹਾਂਜੀ ਬਹੁਤ ਜ਼ਿਆਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੀ ਦੇ ਨਗਰ ਕੀਰਤਨ ਦੇ ਵਿੱਚ ਆ ਦੇਖ ਰਹੇ ਹਾਂ ਜੀ ਪ੍ਰਸ਼ਾਦੇ ਅਤੇ ਟਿੱਕੀਆਂ ਵਗੈਰਾ ਦੀ ਸੇਵਾ ਕਰ ਰਹੀਆਂ ਨੇ ਬੀਬੀਆਂ ਜੋ ਕਿ ਸੁਬਹਾ 7 ਵਜੇ ਸ਼ੁਰੂ ਹੋਈ ਸੀ ਅਤੇ ਅੱਜ ਬਾਅਦ ਦੁਪਹਿਰ 4-5 ਵਜੇ ਤੱਕ ਚੱਲੂਗੀ ਜੀ ਹੈਪੀ ਵਿਸਾਖੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਹੈਪੀ ਵਿਸਾਖੀ ਬਾਈ ਜੀ ਹੈਪੀ ਵਿਸਾਖੀ ਜੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਾਰੇ ਸਿੱਖ ਜਗਤ ਨੂੰ ਹੈਪੀ ਵਿਸਾਖੀ ਹੈਪੀ ਵਿਸਾਖੀ ਹੈਪੀ ਵਿਸਾਖੀ ਹੈਪੀ ਵਿਸਾਖੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਹੈਪੀ ਵਿਸਾਖੀ ਹੈਪੀ ਵਿਸਾਖੀ ਟੂ ਆਲ ਹਾਂਜੀ ਤੁਸੀਂ ਪਹਿਲਾਂ ਵੀ ਆਏ ਹੋ ਨਗਰ ਕੀਰਤਨ ਜਾਂ ਪਹਿਲੀ ਵਾਰ ਹਾਂਜੀ ਐਵਰੀ ਟਾਈਮ ਆਨੇ ਸਰੀ ਦੇ ਰਹਿਣ ਵਾਲੇ ਹੋ ਹਾਂਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਜਸਟ ਹੈਪੀ ਵਿਸਾਖੀ ਟੂ ਐਵਰੀਵਨ ਥੈਂਕ ਯੂ ਜੀ ਵਿਸਾਖੀ ਜੀ ਥੈਂਕ ਯੂ ਜੀ ਸੇਮ ਟੂ ਯੂ ਗਗਨ ਜੀ ਬਹੁਤ ਖੁਸ਼ੀ ਦਾ ਮਾਹੌਲ ਹੈਗਾ ਤੁਸੀਂ ਤੁਹਾਡਾ ਕਿਵੇਂ ਚੱਲ ਰਿਹਾ ਬਹੁਤ ਵਧੀਆ ਜੀ ਸਾਰੀ ਸੰਗਤ ਨਾਲ ਜੀ ਅਤੇ ਹੋਰ ਤੁਸੀਂ ਕਮਿਊਨਿਟੀ ਨੂੰ ਕੀ ਕਹਿਣਾ ਚਾਹੋਗੇ ਜੀ ਸਾਰਿਆਂ ਨੂੰ ਜੀ ਖੁਸ਼ੀ ਵਾਲਾ ਤਿਉਹਾਰ ਹੈਗਾ ਵੀ ਬਹੁਤ ਗੱਜ ਵੱਜ ਕੇ ਮਨਾਓ ਸੋਹਣਾ ਕਲੀਨ ਰੱਖੋ ਯੂ ਗੰਦ ਘੱਟ ਤੋਂ ਘੱਟ ਪਾਓ ਅਤੇ ਹੈਪੀ ਵਿਸਾਖੀ ਬਣ ਸਕੇ ਥੈਂਕ ਯੂ ਵੀਰ ਬਰਾੜ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਵਿਸਾਖੀ ਸਾਡਾ ਬਹੁਤ ਹੀ ਪੁਰਾਣਾ ਅਤੇ ਇਤਿਹਾਸਿਕ ਤਿਉਹਾਰ ਹੈ ਅਤੇ ਇਸ ਮੌਕੇ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਅਤੇ ਸਾਰੇ ਆਪਣਾ ਭਾਈਚਾਰਾ ਇਕੱਠਾ ਹੋ ਕੇ ਰਲ ਮਿਲ ਕੇ ਵਿਸਾਖੀ ਦਾ ਮੇਲਾ ਮਨਾਉਂਦਾ ਹੈ ਅਤੇ ਇਹ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ ਸਾਰੇ ਪੰਜਾਬ 'ਚ ਪੂਰੇ ਇੰਡੀਆ 'ਚ ਪੂਰੇ ਬਾਹਰਲੇ ਮੁਲਕਾਂ 'ਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਸਾਰੇ ਇਹ ਪ੍ਰਤੀਤ ਹੈ ਵੀ ਸਾਰੇ ਇਕੱਠੇ ਹੋ ਕੇ ਰਹਿਣ ਅਤੇ ਆਪਣੇ ਵਿਰਸੇ ਨੂੰ ਨਾ ਭੁੱਲਿਆ ਜਾਵੇ ਅਤੇ ਜੋ ਵੀ ਆਪਣੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਲਈ ਉਹਨਾਂ ਕੁਰਬਾਨੀ ਜਾਇਜ਼ ਹੋਵੇ ਨਜਾਇਜ਼ ਨਾ ਜਾਵੇ ਹਾਂਜੀ ਵੀਰ ਪ੍ਰਾਈਮ ਮਿਨਿਸਟਰ ਦੇ ਸਮੁੱਚੇ ਸੇਖ ਕੌਮ ਵੱਲੋਂ ਵਿਸਾਖੀ ਦੀਆਂ ਅਲੱਗ ਅਲੱਗ ਵਧਾਈਆਂ ਜੀ ਵਧਾਈਆਂ ਤੁਹਾਨੂੰ ਵੀ ਭਾਜੀ ਅੱਛਾ ਜੀ ਪਹਿਲਾਂ ਵੀ ਨਗਰ ਕੀਰਤਨ ਦੇਖਿਆ ਜਾਂ ਹਾਂਜੀ ਮੈਂ ਤਾਂ ਹੁਣ 7 ਸਾਲ ਹੋ ਗਏ ਜੀ ਮੈਨੂੰ 7 ਸਾਲ ਹੋ ਗਏ ਜੀ 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 ਪੂਰਾ ਇੰਜੋਏ ਕਰ ਰਹੇ ਹੋ ਪੂਰਾ ਇੰਜੋਏ ਆ ਜੀ ਐਤਕੀ ਮੇਰਾ ਹੁਣ ਵੀ ਮੇਰੀ ਬਈ ਮੇਰੀ ਵਾਈਫ ਦਾ ਐਤਕੀ ਪਹਿਲੀ ਵਾਰੀ ਹੈ ਜੀ ਅੱਛਾ ਜੀ ਸੋ ਫਿਰ ਮੈਂ ਇਹਨਾਂ ਨੂੰ ਹੁਣ ਦਿਖਾ ਰਿਹਾ ਜੀ ਮੈਸੇਜ ਤਾਂ ਬਸ ਇਹ ਹੈ ਜੀ ਵੀ ਸਾਰੀ ਆਪਣੀ ਕੌਮ ਨੂੰ ਇੱਕ ਸਾਥ ਹੋਣਾ ਚਾਹੀਦਾ ਇਹ ਜਿੰਨੇ ਆਪਣੇ ਪ੍ਰੋਗਰਾਮ ਹੈ ਸਾਰਿਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਅਤੇ ਇੱਦਾਂ ਹੀ ਬਸ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਦਿਹਾੜਾ ਇਹ ਹਾਂ ਜੀ ਸਾਡੇ ਸਾਰਿਆਂ ਦੀ ਜੀ ਬਹੁਤ ਵੱਡੀ ਇਹ ਚੀਜ਼ ਦੀ ਆ ਵੀ ਅਸੀਂ ਸਾਰੇ ਜਾਣੇ ਇੱਕ ਹੋ ਕੇ ਇਹ ਵਾਲਾ ਸਾਰਾ ਫੈਸਟੀਵਲ ਮਨਾਈਏ ਅਤੇ ਸਾਰਿਆਂ ਨੂੰ ਇੱਕ ਹੋ ਕੇ ਮਨਾਉਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵਿਸਾਖੀ ਦਾ ਦਿਨ ਆ ਬਹੁਤ ਖੁਸ਼ੀ ਹੋ ਰਹੀ ਆ ਸੰਗਤਾਂ ਬਹੁਤ ਆਈਆਂ ਨੇ ਇੱਥੇ ਅਤੇ ਮੇਰੇ ਵੱਲੋਂ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਮਿਹਰਬਾਨੀ ਵੀਰ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਸਿੱਖ ਕੌਮ ਨੂੰ ਸਾਰੇ ਕੈਨੇਡੀਅਨ ਵਾਸੀਆਂ ਨੂੰ